ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰ ਸਾਰੇ ਵਧੀਆ ਹੋਊਗੇ। ਜੀ ਮੇਲਾ ਦੇਖਣਾ ਜਿਹੜਾ ਸਰਹੰਦ ਲੱਗਿਆ ਹੋਇਆ ਆਪਣੇ ਇੱਥੇ, ਕਾਰਨੀਵਲ ਮੇਲਾ ਕਹਿੰਦੇ ਆ ਸ਼ਾਇਦ ਉਹਨੂੰ, ਮੈਨੂੰ ਬਹੁਤ ਨਾਂ ਤਾਂ ਪੱਕਾ ਪਤਾ ਨਹੀਂ, ਬਾਕੀ ਤੁਹਾਨੂੰ ਜਾ ਕੇ ਦੱਸਦੇ ਹਾਂ। ਚਲੋ ਚੱਲਦੇ ਹਾਂ ਸਰਹੰਦ ਨੂੰ, ਅਤੇ ਰਾਸਤੇ 'ਚ ਆਪਾਂ ਇੱਕ ਆਪਣੀ ਰਿਸ਼ਤੇਦਾਰੀ 'ਚ ਜਾਣਾ, ਉਸ ਤੋਂ ਬਾਅਦ ਆਪਾਂ ਪਹੁੰਚ ਜਾਣਾ ਸਰਹੰਦ ਜੀ। ਲਓ ਵੀ ਪਹੁੰਚ ਗਿਆ ਪੰਜਾਬ ਕਾਰਨੀਵਲ, ਉਹ ਲਿਖਿਆ ਹੋਇਆ ਉੱਪਰ, ਸ਼ਾਇਦ ਦੇਖ ਜਾਓ, ਜੂਮ ਕਰਕੇ ਦੇਖਦਾ। ਆਪਾਂ ਆਏ ਹਾਂ ਆਪਣੀ ਫੈਮਿਲੀ ਨਾਲ ਵੈਸੇ, ਅਤੇ ਮੇਨ ਦਬਾਉਣ ਆਇਆ ਝੂੰਡੇ ਮੈਂ ਆਪਣੇ ਭਾਣਜੇ ਨੂੰ, ਅਤੇ ਚਲੋ ਜਾ ਕੇ ਅੱਗੇ ਦਿਖਾਉਂਦੇ ਹਾਂ। ਬਾਕੀ ਟਿਕਟ ਹੈ ਇਹਦੀ ਕੁਛ ਕੁ, ਜਾ ਕੇ ਦੇਖਦੇ ਹਾਂ ਕਿੰਨੀ ਆ। ਗੱਡੀ ਦੀ ਪਾਰਕਿੰਗ ਵਗੈਰਾ ਬਣਾਈ ਹੋਈ ਹੈ ਇੱਧਰ ਸਾਰੀ, ਅਤੇ ਆ ਜਾਓ ਚੱਲਦੇ ਹਾਂ ਉੱਧਰ ਨੂੰ। ਵੀ ਕਰ ਗਏ ਐਂਟਰ, ਐਂਟਰੀ ਗੇਟ ਇੱਥੇ ਆ, ਅਤੇ ਅੰਦਰ ਦੁਕਾਨਾਂ ਲੱਗੀਆਂ ਹੋਈਆਂ, ਗਲਾਸ ਵਗੈਰਾ ਹੋਰ, ਬਾਕੀ ਦੇਖਦਾ। ਬਾਕੀ ਝੂਲੇ ਹੋਣਗੇ ਅੱਗੇ, ਇੱਧਰ ਹੈਗੇ ਝੂਲੇ ਵੱਡੇ, ਅਤੇ ਫਰਨੀਚਰ ਅੰਦਰੇ ਬਣਿਆ ਹੋਇਆ ਜੀ। ਟਿਕਟ ਆ 25 ਰੁਪਈਏ ਟਿਕਟ ਆ ਸਾਰੀ ਇੱਕ ਬੰਦੇ ਦੀ, ਅਤੇ ਬਾਕੀ ਹੋਰ ਜਵਾਕਾਂ ਦੇ, ਨਿਆਣਿਆਂ ਦੇ ਖਿਡੌਣੇ, ਅਤੇ ਅੱਗੇ ਦੇਖਦੇ ਹਾਂ ਜਾ ਕੇ। ਮੇਨ ਤਾਂ ਨਿਆਣਾ ਖਤਰਾ, ਬਾਕੀ ਘੁੰਮਣ ਤਾਂ ਸਾਰੇ ਆਉਂਦੇ। ਚਲੋ ਵੱਡੇ ਵੀ ਝੂਲੇ ਹੈਗੇ, ਕਾਫੀ ਜਗ੍ਹਾ 'ਚ ਬਣਾਇਆ ਹੋਇਆ ਇਹ। ਇੱਕ ਊਂਠ ਦੀ ਸਵਾਰੀ ਜਿਹਨੇ ਕਰਨੀ ਆ, ਊਂਠ ਦੀ ਜਾਨ, ਬੰਦਾ ਕਹਿੰਦਾ ਊਂਠ ਦੀ ਜਾਨ ਕੱਢੀ ਪਈ ਆ। ਉੱਪਰ ਸੀਟਾਂ ਲਾਈਆਂ ਬੈਠਣੇ ਨੂੰ, ਜਿਹਦੇ ਕਰਕੇ ਅਸੀਂ ਆਏ ਆ। ਬਾਏ ਕਰਦੇ, ਬਾਏ ਕਰ, ਇਹਦੇ ਕਰਕੇ ਮੇਨ ਅਸੀਂ ਆਏ ਆ ਇੱਥੇ, ਸ਼ਾਵਲ ਸਿੰਘ। ਅਤੇ ਇੱਕ ਨਾਲ ਬੰਦਾ ਆਇਆ ਆਹ ਮਹਿਕਬਰੀ ਸਿੰਘ, ਪੁਆਇੰਟ ਬਣਾਇਆ ਹੋਇਆ ਇੱਥੇ। ਬਾਕੀ ਝੂਲੇ ਆ, ਕਿਸ਼ਤੀ ਵਾਲਾ, ਅਤੇ ਟੇਢੇ ਮੇਢੇ ਜੇ ਹੋਰ ਖਾਸੇ ਆ, ਅਤੇ ਬੱਚਿਆਂ ਵਾਲਾ ਅੰਦਰ ਜਿਹੜੀ ਦੁਕਾਨਾਂ ਵਗੈਰਾ ਖਾਸੀਆਂ ਲੱਗੀਆਂ ਹੋਈਆਂ। ਹੋਰ ਵੀ ਚਲੋ ਕਰਦੇ ਹਾਂ ਸ਼ੁਰੂਆਤ ਕਿਸੇ ਪਾਸੇ ਤੇ ਹੁਣ ਝੂਲਿਆਂ ਦੀ, ਅਤੇ ਆ ਬੱਚਿਆਂ ਖਾਤਰ ਪਾਣੀ ਵਾਲੀ ਕਿਸ਼ਤੀਆਂ ਛੋਟੀਆਂ, ਆਪਾਂ ਲੈਣਾ ਝੂਲਾ, ਇਹ ਲੈਣਾ, ਚੱਲ ਆ ਜਾ ਫਿਰ ਦਵਾਵਾਂ, ਚੱਲ ਟਿਕਟ ਪੁੱਛਦਾ ਮੈਂ, ਆ ਜਾ ਖੜ ਜਾ ਤੂੰ ਮੈਨੂੰ ਉਰੀ ਆਉਣਾ। ਟਿਕਟ ਲੈ ਲਈ ਆਹ ਝੂਲੇ ਦੀ, ਪਹਿਲੇ ਝੂਲੇ ਦੀ ਇਹ ਹੈਗੀ 40 ਰੁਪਏ ਟਿਕਟ, ਚੱਲ ਵੀ ਛੱਡ ਦੇ ਬੰਦੇ ਨੂੰ। ਲਓ ਬੂਟ ਖੋਲਣ ਲੱਗਿਆ, ਬੂਟ ਖੋਲ ਕੇ ਜਾਊਗਾ, ਬੂਟ ਜੁੱਤੀ ਬਿਨਾਂ ਜਾਣ ਦਿੰਦੇ ਆ। ਲਓ ਵੀ ਚੱਲਿਆ ਸਾਡਾ ਬੰਦਾ, ਇਹਨੂੰ ਇਹ ਜ਼ਿਆਦਾ ਚਾਓ ਆ ਝੂਲਿਆਂ ਦਾ, ਚੜਾਈ ਚੜਾਈ ਬੰਦੇ ਨੂੰ ਉੱਪਰ, ਚੱਲ 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 ਚੜ ਗਿਆ।
ਇਹਦੇ ਲਈ ਪਹਾੜ ਪਰ ਚੜ੍ਹਨ ਦੇ ਬਰਾਬਰ ਆ ਝੂਟਾ ਦਾ ਕਿੱਥੇ ਰਹਿ ਗਿਆ ਉਹ ਆ ਗਿਆ ਆ ਜਾ ਮਾੜਾ ਦਿਲ ਇੱਕ ਤਾਂ ਨਾ ਬੜੇ ਝੂਲੇ ਨੂੰ ਮੰਨਦਾ ਤੇ ਨਾ ਇਹਨੂੰ ਮੰਨਦਾ ਇਹੀ ਤਾਂ ਲੈਣੇ ਵਾਲਿਆ ਬੜਿਆਂ ਦੇ ਹਾਂ ਬਾਈ ਦੱਸ ਕਿਹੜਾ ਲੈਣਾ ਝੂਟਾ ਚਲੋ ਦੇਖਦੇ ਹਾਂ ਕੋਈ ਝੂਟਾ ਹੁਣ ਕੋਈ ਵਧੀਆ ਜਿਹਾ ਇੱਥੇ ਜਿਹੜਾ ਖਤਰਨਾਕ ਜਿਹਾ ਵੀ ਹੋਵੇ ਬੰਦੇ ਨੂੰ ਸਾਨੂੰ ਡਰ ਵੀ ਬਹੁਤ ਲੱਗਦਾ ਇਹਨੂੰ ਹੈ ਹੌਲ ਹੂਲ ਕੋਈ ਨਹੀਂ ਬਾਈ ਵੀ ਤਿਆਰ ਬੈਠਾ ਇੱਧਰ ਝੂਟਾ ਵੀ ਤਿਆਰ ਆ ਜਾ ਖੜ ਗਿਆ ਨਾਲੇ ਆ ਜਾ ਬਾਈ ਦੋ ਰੇਟਾਂ ਦੇ ਯਾਰ ਚੱਲ ਨਾ ਦੋ ਮੈਂ ਤਾਂ ਟਿਕਟ ਲੈ ਲਈ ਇੱਕ ਇਹਦੀ ਹੁਣ ਦੇਖਦੇ ਹਾਂ ਘੁੰਮਦਾ ਫੁੱਲ ਆ ਇਹ ਬਣਦਾ ਗਿਆ ਇਹ ਆ ਬੰਦੇ ਦਾ ਮੁੱਕਰ ਗਿਆ ਸਾਡੇ ਨਾਲ ਦਾ ਚਲੋ ਟੀਕਾਂ ਕੂਕਾਂ ਪੈਂਦੀਆਂ ਪੂਰੀਆਂ ਚਲੋ ਦੇਖਦੇ ਹਾਂ ਹੁਣ ਜਾਂਦਾ ਉੱਪਰ ਰਵੀ ਉਹ ਝੂਟੇ ਦੀ ਟਿਕਟ ਲੈ ਲਈ ਪਰ ਕੋਈ ਹਲੇ ਝੂਟਾ ਲੈਣੇ ਨਹੀਂ ਆਇਆ ਉਹਨੂੰ ਮੈਂ ਇਕੱਲਾ ਹੀ ਤਾ ਮੈਂ ਆਏ ਗਿਆ ਮੈਂ ਕਿਹਾ ਚਲ ਬਾਅਦ 'ਚ ਜਦ ਆਊਗਾ ਕੋਈ ਫਿਰ ਚੱਲਾ ਜਾਊਂਗਾ ਅਤੇ ਹੁਣ ਆ ਇਹਨਾਂ ਦੀ ਲੈਂਦਾ ਟਿਕਟ ਅਤੇ ਇਹ ਲੈਂਦੇ ਹਾਂ ਆ ਜਾ ਬਾਈ ਲੋ ਵੀ ਟਿਕਟ ਲੈ ਲਈ ਹੈ ਤਿੰਨ ਲੈਣੀ ਹੈ ਇਹਦੀ ਆਪਾਂ ਚਲੋ ਲੈ ਕੇ ਦੇਖਦੇ ਹਾਂ ਫਿਰ ਇਹਦੀ ਰੇਟ ਆ ਜੀ 50-50 ਰੁਪਈਏ ਕੋਈ 60 ਆ ਕੋਈ 50 ਏ ਕੋਈ 40 ਆ ਇੱਕਣੇ ਆ ਲੈ ਲਈਏ ਝੂਲੇ ਫਿਰ ਦੇਖਦੇ ਹਾਂ ਇਹ ਦੱਸ ਦਿਓ ਤੁਹਾਨੂੰ ਕਿਵੇਂ ਰਹੇ ਅਤੇ ਇੱਕ ਬੰਦਾ ਸਾਡਾ ਉਹ ਬਹਿ ਗਿਆ ਦੋ ਜਣੇ ਅਸੀਂ ਬੈਠੇ ਇੱਧਰ ਆਹ ਲੈ ਲਿਆ ਝੂਲਾ ਅਤੇ ਕੰਮ ਪੂਰਾ ਸਿਰੇ ਹੀ ਹੈ ਇਹਦਾ ਵਧੀਆ ਲੱਗਿਆ ਬਹੁਤ ਅਤੇ ਹੁਣ ਦੇਖਦੇ ਆਪਣਾ ਉਹ ਦੂਜਾ ਝੂਲਾ ਵੀ ਜੇ ਬੰਦੇ ਆ ਗਏ ਹੁਣ ਉਹਦੇ ਵਿੱਚ ਚੱਲ ਲਿਆ ਵੈਸੇ ਉਹ ਬਾਅਦ 'ਚ ਮੇਰੇ ਮੈਂ ਉੱਧਰ ਚਲੇ ਗਿਆ ਤਾਂ ਅਤੇ ਹੁਣ ਜਾ ਕੇ ਦੇਖਦੇ ਹਾਂ ਲੈ ਲਿਆ ਝੂਲਾ ਜਿਹੜਾ ਪੁੱਟਾ ਸਿੱਧਾ ਜਿਹਾ ਕਰਦਾ ਆਨੰਦ ਲਿਆ ਤਾ ਇਹਨੇ ਪੂਰਾ ਜਿਹਨੂੰ ਕਹਿੰਦੇ ਹੁੰਦੇ ਆ ਹਾਂ ਬਾਈ ਦੱਸ ਤੂੰ ਤਾਂ ਥੱਲੇ ਕਿਹੜਾ ਲੱਤਾਂ ਨਹੀਂ ਇਹ ਥੱਲੇ ਕਿਹੜਾ ਹੀ ਡਰੀ ਗਿਆ ਚਲੋ ਕੋਈ ਹੁਣ ਹੋਰ ਦੇਖਦੇ ਹਾਂ ਝੂਲਾ ਵਧੀਆ ਜਿਹਾ ਚਲੋ ਬਾਈ ਉਹ ਫਿਰਦਾ ਆਪਣਾ ਬੰਦਾ ਕਿਸ਼ਤੀ ਲਈ ਆਪਣੀ ਇਹ ਪੂਰਾ ਇੰਜੋਏ ਕਰਨ ਲੱਗਿਆ ਹੋਇਆ ਆਪਣਾ ਇਕੱਲਾ ਹੀ ਕਦੇ ਕੁਝ ਲੈਂਦਾ ਕਦੇ ਕੋਈ ਝੂਟਾ ਕਦੇ ਕੋਈ ਝੂਟਾ ਚਲੋ ਕੋਈ ਨਹੀਂ ਵਧੀਆ ਗੱਲ ਆ ਇਕੱਲਾ ਹੀ ਲੈਂਦਾ ਆਪਣਾ ਹੁਣੇ ਲੈ ਲਈਆਂ ਆਪਾਂ ਇਹਦੀਆਂ ਟਿਕਟਾਂ ਆਹ ਲੈਂਦੇ ਹਾਂ ਅਤੇ ਆਹ ਬੰਦਾ ਹਾਲੇ ਵੀ ਡਰਦਾ ਹੈ ਡਰ ਲੱਗਦਾ
ਹੈ ਹੁਣ ਕਹਿੰਦੇ ਵੀਡੀਓ ਕਹਿੰਦੇ ਨਹੀਂ ਲੱਗਦਾ ਪਹਿਲਾਂ ਕਹਿੰਦਾ ਡਰ ਲੱਗਦਾ ਮੈਂ ਤਾਂ ਹਾਲ ਪੈਨੇ ਆ ਕਹਿੰਦਾ ਦੱਸ ਇਹਦੇ ਕਹਿੰਦੇ ਹਾਲ ਆ ਅਸਲੀ ਤਾਂ ਆਹ ਝੂਟਾ ਜਿਹੜਾ ਆਹ ਲੱਤਾਂ ਮੈਂ ਇਹ 'ਚ ਬੜਾ ਨਜ਼ਾਰਾ ਆਉਂਦਾ ਇਹ 'ਚ ਆਹ ਪੁੱਠਾ ਹੁੰਦਾ ਅਤੇ ਹੁਣ ਲੈਣਾ ਪਾਹਾ ਚਲੋ ਚੱਲਦੇ ਬਹਿਨੇ ਅੱਜ ਦੋ ਗੇੜਿਆਂ ਨੂੰ ਅਤੇ ਆਨੰਦ ਵਾਲਾ ਹੁੰਦਾ ਪਰ ਇਹਦੇ ਖਤਰਾ ਲੱਗਦਾ ਉੱਪਰ ਜਾ ਕੇ ਵੀ ਟੁੱਟੇ ਲੈ ਜਾਵੇ ਇੱਕ 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 ਪੈਪ ਜਿਹਦੇ ਖੜਾ ਬਸ ਇਹਦੇ ਨਾਲ ਵੱਧ ਖਤਰਾ ਲੱਗਦਾ ਇਹ 'ਚ ਅਤੇ ਆਹ ਚੱਲਦੇ ਹਾਂ ਹੋਰ ਦੇਖਦੇ ਹਾਂ ਜੋ ਅਤੇ ਹੋਰ ਦਿਖਾਉਂਦੇ ਹਾਂ ਤੈਨੂੰ ਝੂਟਾ ਲਓ ਬਈ ਹੁਣ ਲੈਣਾ ਝੰਡੋ ਜਦੋਂ ਸਾਰੀ ਸਰਹੰਦ ਦੇਖਦੀ ਆ ਸਾਰਾ ਕੁਝ ਦੇਖਦਾ ਆਇਓ ਦੇਖਦੇ ਹਾਂ ਹੁਣ ਜਾ ਕੇ ਉੱਪਰ ਅਤੇ ਇਹ ਤੋਂ ਬਾਅਦ ਲੈਣੀ ਆ ਕਿਸ਼ਤੀ ਆਹ ਵਾਲੀ ਛੱਡਣਾ ਕੋਈ ਨਹੀਂ ਹੈਗਾ ਝੂਲਾ ਅਤੇ ਚਲੋ ਉੱਪਰ ਜਾ ਕੇ ਦੇਖਦੇ ਹਾਂ ਹੁਣ ਬੈਠਦੇ ਹਾਂ ਚੰਡੋਲ ਤਾਂ ਬਹੁਤ ਬੜਾ ਬਹੁਤ ਉੱਚਾ ਸਾਰੀ ਤਰ੍ਹਾਂ ਦਿਖਾਊਗਾ ਇਹ ਅੱਜ ਮੈਨੂੰ ਲੱਗਦਾ ਲਓ ਬਈ ਬਹਿ ਗਿਆ ਸਾਡਾ ਦੂਜਾ ਬੰਦਾ ਵੀ ਚੰਡੋਲ 'ਚ ਬਹਿ ਗਏ ਦੇਖੋ ਸਰਹੰਦ ਵਾਲਾ ਮੇਲਾ ਸਾਰਾ ਉੱਪਰ ਤੇ ਕਰਨੀਵਲ ਮੇਲਾ ਉਹ ਵੀ ਆਪਣਾ ਚੰਡੋਲ ਤਾਂ ਹੋ ਗਿਆ ਹੁਣ ਬਾਈਕ ਰਹਿ ਗਈ ਕਿਸ਼ਤੀ ਕਿਸ਼ਤੀ ਲੈਣ ਤੋਂ ਬਾਅਦ ਬਾਕੀ ਕੰਮ ਸਮਾਪਤ ਬਾਕੀ ਸਭ ਜਵਾਕਾਂ ਵਾਲੇ ਛੋਟੇ ਰਹਿ ਗਏ ਚੁੱਲ੍ਹੇ ਅਤੇ ਤੁਹਾਨੂੰ ਦਿਖਾਉਣਾ ਪਹਿਲਾਂ ਆਹ ਚੰਡੋਲ ਅਤੇ ਉਹ ਵਾ ਕਿਸ਼ਤੀ ਜਿਹੜੀ ਉੱਪਰ ਨੂੰ ਜਾਂਦੀ ਹੁੰਦੀ ਆ ਉੱਪਰ ਨੂੰ ਥੱਲੇ ਨੂੰ ਇੱਧਰ ਨੂੰ ਚਲੋ ਉਹ ਲੈ ਲਈਏ ਦੇਖਦੇ ਹਾਂ ਬਾਕੀ ਹੋਰ ਕਿਆ ਏ ਲਓ ਬਈ ਗੋਲੇ ਖਾ ਲਈਏ ਬੰਦਾ ਸਾਡਾ ਗੋਲੇ ਲਿਆ ਆ ਬਰਫ਼ ਵਾਲੇ ਬਹੁਤ ਸਵਾਦ ਵਧੀਆ ਬਣੇ ਹੋਏ ਆ ਸਾਰੇ ਐਨ ਲਓ ਬਈ ਹੁਣ ਲੈ ਕੇ ਦੇਖਦੇ ਹਾਂ ਕਿਸ਼ਤੀ ਹਾਲੇ ਤਾਂ ਬੰਦੇ ਬੈਠਦੇ ਆ ਮੈਨੂੰ ਲੱਗਦਾ ਚਲਾ ਵੀ ਦਿੱਤੀ ਇਹਨਾਂ ਨੇ ਚਲੋ ਬਹਿਨੇ ਆ ਚਲੋ ਫਿਰ ਕਰਦੇ ਗੱਲ ਚਲੋ ਠੀਕ ਆ ਜੀ ਚੱਲਦੇ ਹੁਣ ਪਿੰਡ ਨੂੰ ਕਿਤੇ ਰਸਤੇ ਰੋਟੀ ਖਾਂਦੇ ਆ ਪਹਿਲਾਂ ਸਮਾਪਤੀ ਹੋ ਗਈ ਜੀ ਬਾਹਰੇ ਆ ਗਏ ਤੇ ਵੈਸੇ ਹਾਲੇ ਤਾਂ ਚੱਲਦਾ ਮੇਲਾ ਤਾਂ ਬਾਕੀ ਸਾਰੇ ਚੂੜੇ ਚੱਲੇ ਲੈ ਲੈ ਚੋ ਚੱਲਦੇ ਆ ਹੁਣ ਪਿੰਡ ਨੂੰ ਚਲੋ ਮਿਲਦੇ ਹੁਣ ਰਸਤੇ 'ਚ ਟਾਈਮ ਹੋ ਗਿਆ 10:15 ਆਪਾਂ ਪਹੁੰਚ ਗਏ ਰਾਜਾ ਢਾਬੇ 'ਤੇ ਅਤੇ ਹੁਣ ਖਾ ਲਈਏ ਰੋਟੀ ਫਿਰ ਚੱਲਦੇ ਹਾਂ ਘਰ ਨੂੰ ਅਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਇੱਕ ਧੰਨਵਾਦ ਜੀ ਸਾਰਿਆਂ ਦਾ